ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਡਾਕਟਰ ਜਗਰੂਪ ਭੰਗੂ। ਅੱਜ ਅਸੀਂ ਗੱਲ ਕਰਾਂਗੇ ਸ਼ੂਗਰ ਦੀ ਬਿਮਾਰੀ ਬਾਰੇ, ਜੋ ਹਰ ਘਰ ਦੇ ਵਿੱਚ ਤੁਸੀਂ ਦੇਖ ਲਓ ਵੀ ਆਮ ਦੋ ਤਿੰਨ ਮਰੀਜ਼ ਹੈਗੇ ਆ ਜਿਹੜੇ ਸ਼ੂਗਰ ਦੇ ਆਮ ਹੋਏ ਹੋਏ ਨੇ ਅੱਜ ਕੱਲ੍ਹ, ਕਿਉਂਕਿ ਸਰੀਰ ਦੇ ਵਿੱਚੋਂ ਗਰਮੀ ਨਿਕਲਦੀ ਨਹੀਂ, ਪਸੀਨਾ ਆਉਂਦਾ ਨਹੀਂ, ਉਹਦੇ ਕਰਕੇ ਜਿਹੜਾ ਹੈਗਾ ਇਹ ਰੋਗ ਸਾਨੂੰ ਬਹੁਤ ਘੇਰਦਾ। ਜਾਂ ਮੈਦੇ ਵਾਲੇ ਪਦਾਰਥ ਜ਼ਿਆਦਾ ਖਾਂਦੇ ਹਾਂ ਆਪਾਂ, ਜਾਂ ਗਲੂਕੋਜ਼ ਦਾ ਸੇਵਨ ਜ਼ਿਆਦਾ ਕਰਦੇ ਹਾਂ। ਗਲੂਕੋਜ਼ ਦਾ ਮਤਲਬ ਇਹ ਨਹੀਂ ਵੀ ਜਾਂ ਤੁਸੀਂ ਬਾਜ਼ਾਰ 'ਚੋਂ ਮਿਲਣ ਵਾਲਾ ਗਲੂਕੋਜ਼ ਡੀ ਜਿਹੜਾ ਹੈਗਾ ਉਹਨੂੰ ਜ਼ਿਆਦਾ ਪੀਂਦੇ ਹੋ, ਉਹ ਨਹੀਂ। ਗਲੂਕੋਜ਼ ਦਾ ਮਤਲਬ ਜੇ ਤੁਸੀਂ ਰੋਟੀ ਹੈਗੀ ਆ ਉਹਦੇ 'ਚ ਵੀ ਗਲੂਕੋਜ਼ ਹੈ ਜ਼ਿਆਦਾ, ਜੇ ਤੁਸੀਂ ਕੇਲਾ ਖਾਂਦੇ ਹੋ ਉਹਦੇ 'ਚ ਵੀ ਗਲੂਕੋਜ਼ ਬਹੁਤ ਹੈ, ਜੇ ਤੁਸੀਂ ਚੌਲ ਖਾਂਦੇ ਹੋ ਉਹਦੇ 'ਚ ਵੀ ਗਲੂਕੋਜ਼ ਬਹੁਤ ਹੈ। ਜਿੰਨਾ ਅਸੀਂ ਗਲੂਕੋਜ਼ ਜ਼ਿਆਦਾ ਲੈ ਕੇ, ਕੈਲਰੀ ਜ਼ਿਆਦਾ ਲੈ ਕੇ ਉਹਨੂੰ ਬਰਨ ਨਹੀਂ ਕਰਦੇ, ਉਹਦੇ ਨਾਲ ਇਹ ਜਿਹੜੀ ਬਿਮਾਰੀ ਆ ਸਾਡੇ ਸਰੀਰ ਨੂੰ ਘੇਰਦੀ ਹੈ ਦਿਨ ਪਰ ਦਿਨ, ਜਿਹਦੇ ਨਾਲ ਬਹੁਤ ਜ਼ਿਆਦਾ ਕਮਜ਼ੋਰੀ ਪੈਂਦੀ ਹੈ। ਕਈਆਂ ਦਾ ਸਰੀਰ ਬਹੁਤ ਮੋਟਾ ਹੋਣ ਲੱਗ ਜਾਂਦਾ, ਜਾਂ ਕਈਆਂ ਦਾ ਸਰੀਰ ਇਹਦੇ ਨਾਲ ਬਹੁਤ ਜ਼ਿਆਦਾ ਸੁੱਕਣ ਲੱਗ ਜਾਂਦਾ, ਵਜ਼ਨ ਘਟਣ ਲੱਗ ਜਾਂਦਾ। ਉਹਦੇ ਵਾਸਤੇ ਤੁਹਾਨੂੰ ਦੱਸਦੇ ਹਾਂ ਨੁਕਤਾ, ਬਿਜੇ ਸਾਰ ਲੱਕੜ, ਗੁੜਮਾਰ ਬੂਟੀ ਅਤੇ ਕਾਲੀ ਜੀਰੀ, ਇਹਨਾਂ ਤਿੰਨਾਂ ਨੂੰ ਤੁਸੀਂ ਲੈਣਾ ਬਰਾਬਰ ਮਾਤਰਾ ਦੇ ਵਿੱਚ ਲੈ ਲਓ ਅਤੇ ਚੰਗੀ ਤਰ੍ਹਾਂ ਕੁੱਟ ਕੇ ਚੂਰਨ ਬਣਾਓ। ਇਹਦਾ ਅੱਧੇ ਤੋਂ ਪੌਣਾ ਚਮਚ ਖਾਲੀ ਪੇਟ ਲੈਣਾ ਅਤੇ ਅੱਧਾ ਚਮਚ ਲੈਣਾ ਰਾਤੀ ਸੌਣ ਲੱਗੇ ਤਾਜ਼ੇ ਪਾਣੀ ਦੇ ਨਾਲ। ਦਿਨਾਂ ਦੇ ਵਿੱਚ ਇਹਦੇ ਨਾਲ ਤੁਹਾਨੂੰ ਜਿਹੜੀ ਸ਼ੂਗਰ ਆਪਣੀ ਉਹ ਕੰਟਰੋਲ ਹੋਣ ਲੱਗ ਜੂਗੀ। ਨਾਲ ਜਿੰਨੀਆਂ ਵੀ ਜ਼ਿਆਦਾ ਸ਼ੂਗਰ ਵਾਲੀਆਂ ਚੀਜ਼ਾਂ ਹੈਗੀਆਂ ਉਹਨਾਂ ਦਾ ਸੇਵਨ ਘਟਾਓ। ਕਣਕ ਦੀ ਰੋਟੀ ਬੰਦ ਕਰੋ, ਉਹਦੀ ਜਗ੍ਹਾ ਮਿੱਸੇ ਆਟੇ ਦੀ ਰੋਟੀ ਤੁਸੀਂ ਖਾਣੀ ਸ਼ੁਰੂ ਕਰੋ, ਜਾਂ ਉਹਦੇ ਵਿੱਚ ਤੁਸੀਂ ਛੋਲੇ ਮਿਕਸ ਕਰ ਸਕਦੇ ਹੋ, ਰਾਗੀ ਮਿਕਸ ਕਰ ਸਕਦੇ ਹੋ, ਕੰਗਣੀ ਕੋਧਰਾ ਹੋ ਗਿਆ, ਮੱਕੀ ਦਾ ਆਟਾ ਹੋ ਗਿਆ, ਛੋਲੇ ਹੋ ਗਏ, ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਉਹਦੀ ਰੋਟੀ ਬਣਾਓ। ਨਾਲੇ ਤਾਂ ਫਾਈਬਰ ਜ਼ਿਆਦਾ ਮਿਲਦਾ ਅਤੇ ਸਰੀਰ ਨੂੰ ਤਾਕਤ ਵੀ ਜ਼ਿਆਦਾ ਮਿਲਦੀ ਹੈ ਅਤੇ ਸ਼ੂਗਰ ਵੀ ਸਾਡਾ ਕੰਟਰੋਲ ਰਹਿੰਦਾ। ਜਾਂ ਜਿਵੇਂ ਕੇਲਾ ਹੋ ਗਿਆ ਫਰੂਟ ਦੇ ਵਿੱਚ, ਸੇਬ ਹੋ ਗਿਆ, ਇਹਨਾਂ ਦਾ ਥੋੜ੍ਹਾ ਜਿਹਾ ਸੇਵਨ ਘਟਾਓ। ਸ਼ੂਗਰ ਦੇ ਮਰੀਜ਼ ਨੂੰ ਸਭ ਤੋਂ ਵੱਧ ਜਿਹੜਾ ਫਰੂਟ ਹੈਗਾ ਪਪੀਤੇ ਦਾ ਸੇਵਨ ਸਭ ਤੋਂ ਵੱਧ ਕਰਨਾ ਚਾਹੀਦਾ, ਉਹਦੇ 'ਚ ਸ਼ੂਗਰ ਲੈਵਲ ਬਹੁਤ ਜ਼ਿਆਦਾ ਘੱਟ ਹੁੰਦਾ ਅਤੇ ਤੁਹਾਡੇ ਸ਼ੂਗਰ ਨੂੰ ਵੀ ਬਹੁਤ ਜਲਦੀ ਕੰਟਰੋਲ ਕਰਦਾ। ਬਾਕੀ ਸ਼ੂਗਰ ਦੇ ਮਰੀਜ਼ ਨੂੰ ਸਵੇਰੇ ਉੱਠ ਕੇ ਖਾਲੀ ਪੇਟ ਜਿੰਨੀ ਵਰਜਿਸ਼ ਕੀਤੀ ਜਾਵੇ ਉਨਾ ਸ਼ੂਗਰ ਬਹੁਤ ਜਲਦੀ ਜਿਹੜਾ ਕੰਟਰੋਲ ਹੁੰਦਾ, ਅਤੇ ਏਸੀ ਵਗੈਰਾ ਸਰੀਰ ਨੂੰ ਜਿਹੜਾ ਹੈਗਾ ਉਹ ਘੱਟ ਤੋਂ ਘੱਟ ਉਹਦੀ ਵਰਤੋਂ ਕੀਤੀ ਜਾਵੇ, ਕਿਉਂਕਿ ਇਹ ਜਿੰਨੀ ਸਰੀਰ ਨੂੰ ਆਪਾਂ ਠੰਡਕ ਦੇਵਾਂਗੇ ਉਨਾ ਰੋਮਾਂ ਨੇ ਬੰਦ ਹੋਣਾ, ਪਸੀਨਾ ਨਹੀਂ ਨਿਕਲੂਗਾ ਅਤੇ ਸ਼ੂਗਰ ਦੀ ਬਿਮਾਰੀ ਉਨੀ ਜ਼ਿਆਦਾ ਹੋਰ ਵੱਧਦੀ ਹੈ। ਆਸ ਕਰਦੇ ਹੋ ਤੁਸੀਂ ਸਾਡੇ ਦੱਸੇ ਹੋਏ ਨੁਕਤਿਆਂ 'ਤੇ ਅਮਲ ਕਰੋਗੇ, ਤੁਸੀਂ ਆਪਣੇ ਵਰਤੋਂਗੇ ਅਤੇ ਸ਼ੂਗਰ ਵਰਗੀ ਬਿਮਾਰੀ ਤੋਂ ਜਿਹੜੀ ਤੁਸੀਂ ਨਿਜਾਤ ਪਾਓਗੇ। ਧੰਨਵਾਦ।